اسلام علیکم ناظرین، میں محمد حسین تسرے دے پے سارے یوٹیوب چینل حسین ویلیج ولاگ۔ ناظرین امید ہے سارے دوست ٹھیک ٹھاک ہوسن، خیر خیریت نال ہوسن، تے سارے دوستاں کو گزارش ہے کہ سارے چینل کو سبسکرائب بھی کرن، ویڈیو کو لائک تے نال شیئر بھی کرن۔ تے اج دا جڑا ولاگ ہے بہت ہی مزیدار تھی ہونا ہے، کیونکہ اج تے ساتھ کو دکھاون والا ہے کمان دی فصل، کیونکہ کمان کٹیندا پے ملوں چل گئے موسم ہے، تے تھو کو دسن ہے بھئی کمان کیویں تیار تھیندے اور کلے وچوں کتنا وزن نے دے کو کیویں تیار کرنا پوندا، کھاد بیج پانی ਕਿਹੜੇ ਕਿਹੜੇ ਟਾਈਮ ਦੇਣਾ ਪਾਉਂਦੇ। ਅਤੇ ਵੀਡੀਓ ਪੂਰੀ ਕਰਨ ਕੋਲੋਂ ਪਹਿਲਾਂ ਸਾਰੇ ਦੋਸਤਾਂ ਕੋਲ ਵੀ ਗੁਜ਼ਾਰਿਸ਼ ਹੈ ਕਿ ਸਾਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨ, ਵੀਡੀਓ ਨੂੰ ਲਾਈਕ ਵੀ ਕਰਨ, ਸ਼ੇਅਰ ਵੀ ਕਰਨ ਅਤੇ ਸਾਰੇ ਦੋਸਤਾਂ ਨਾਲ ਸ਼ੇਅਰ ਕਰਨ। ਅਤੇ ਇਨਸ਼ਾਅੱਲਾ ਅੱਗੇ ਵੀ ਤੁਹਾਨੂੰ ਮਜ਼ੇਦਾਰ ਇਨਸ਼ਾਅੱਲਾ ਚੰਗੀਆਂ ਚੰਗੀਆਂ ਵੀਡੀਓ ਔਰ ਮਜ਼ੇਦਾਰ ਵਲਾਗ ਦੇਖਣ ਨੂੰ ਮਿਲ ਸਨ। ਅਤੇ ਅੱਗੇ ਚੱਲਦੇ ਹਾਂ, ਤੁਹਾਨੂੰ ਫਸਲ ਵੀ ਦਿਖਾਉਣੇ ਹੈ ਕਮਾਨ ਦੀ, ਅਤੇ ਨਾਲ ਤੁਹਾਨੂੰ ਇਹ ਵੀ ਦੱਸਣ ਹੈ ਕਿ ਕਿਵੇਂ ਤਿਆਰ ਥੀਂਦੇ ਅਤੇ ਇਹਦੇ ਵਾਸਤੇ ਕਿਤਨੀ ਮਿਹਨਤ ਕਰਨੀ ਪੈਂਦੀ ਹੈ, ਕਿਤਨਾ ਪਾਣੀ ਲਿਆਉਣਾ ਪੈਂਦਾ, ਕਿਤਨੀ ਖਾਦ ਇੱਕ ਲਿਆਉਣੀ ਪੈਂਦੀ ਹੈ। ਅਤੇ ਸਾਰੇ ਨਾਲ ਰਹੋ, ਇਨਸ਼ਾਅੱਲਾ ਤੁਹਾਨੂੰ ਵੀਡੀਓ ਦਿਖਾਵਾਂਗਾ। ਅਸਾਂ ਪਹੁੰਚਾਏ ਹਾਂ ਕਮਾਨ ਦੀ ਫਸਲ ਹੈ, ਤੁਹਾਨੂੰ ਕਮਾਨ ਦੀ ਫਸਲ ਵੀ ਦਿਖਾਉਣੇ ਹੈ ਪਿੱਛੋਂ ਮੇਰੇ ਡੇ ਦੇ ਪੈ, ਅਤੇ ਬੈਕ ਕੈਮਰਾ ਨਾਲ ਤੁਹਾਨੂੰ ਇਨਸ਼ਾਅੱਲਾ ਇਹ ਦਿਖਾਉਂਦਾ ਪਏ ਹਾਂ। ਪਹਿਲਾਂ ਤਾਂ ਜਿਹੜੇ ਦੋਸਤ ਕਮਾਨ ਰਹੇ ਪੈਣ, ਜਿਹੜੇ ਦਿਹਾਤ ਵਾਲੇ ਲੋਕ ਹਨ, ਉਹਨਾਂ ਸਾਰੇ ਦੋਸਤਾਂ ਨੂੰ ਸਾਰਿਆਂ ਕੋਲ ਪਤਾ ਵੀ ਹੈ ਕਿ ਇਹਦੇ ਵਾਸਤੇ ਕਿਤਨੀ ਮਿਹਨਤ ਕਰਨੀ ਪੈਂਦੀ ਹੈ। ਇਸ ਸਾਲ ਤਾਂ ਹਕੂਮਤ ਦੀ ਤਰਫੋਂ ਰੇਟ ਵੀ ਮਾਸ਼ਾਅੱਲਾ ਬਹੁਤ ਚੰਗਾ ਹੈ, ਅਤੇ ਜਿਹੜੇ ਦੋਸਤ ਕਮਾਨ ਰਹੇ ਪੈਣ ਉਹਨਾਂ ਕੋਲ ਇਨਸ਼ਾਅੱਲਾ ਬਹੁਤ ਫਾਇਦਾ ਥੀ ਵਾਲਾ ਹੈ। ਅਤੇ ਤੁਹਾਨੂੰ ਬੈਕ ਕੈਮਰਾ ਨਾਲ ਕਮਾਨ ਦੀ ਫਸਲ ਲਿਖਾਉਣਾ, ਇਹ ਵੀ ਦੱਸਣਾ ਕਿਵੇਂ ਤਿਆਰ ਥੀਂਦਾ, ਕਿਤਨੀ ਮਿਹਨਤ ਕਰਨੀ ਪੈਂਦੀ ਹੈ, ਕਿਤਨਾ ਵਜ਼ਨ ਦਿੰਦਾ ਕਿੱਲੇ ਵਿੱਚੋਂ, ਕਿਤਨਾ ਖਾਦ ਪਾਣੀ ਦੇਣਾ ਪੈਂਦਾ। ਇਹ ਨਾਜ਼ਰਨ ਕਮਾਨ ਦੀ ਫਸਲ ਹੈ। ਫਿਲਹਾਲ ਤਾਂ ਕਮਾਨ ਡੱਟਾ ਪਿਆ, ਅਸਾਂ ਲੇਬਰ ਤੋਂ ਲਵੀ ਪਏ, ਇੱਕ ਇਨਸ਼ਾਅੱਲਾ ਬਹੁਤ ਜਲਦੀ ਕੱਟੀ 'ਚ ਵੈਸੀ। ਸਭ ਤੋਂ ਪਹਿਲਾਂ ਤਾਂ ਕਮਾਨ ਕੋ ਜਿਹੜਾ ਕਾਸ਼ਤ ਕਰਨ ਦਾ ਮੌਸਮ ਹੁੰਦਾ, ਇੱਕ ਤਾਂ ਸੈਪਟੰਬਰ ਕਾਸ਼ਤ ਵੀ ਥੀਂਦੀ ਹੈ, ਦੂਜਾ ਹੁਣ ਜਿਸ ਟਾਈਮ ਅਸਾਂ ਕਣਕ ਰਹੇ ਹਾਂ ਉਹਦੇ ਵਿੱਚ ਵੀ ਲੋਕ ਕਾਸ਼ਤ ਕਰ ਰਹੇ ਨੇ ਕਮਾਨ ਕੋ, ਦੂਜਾ ਕਣਕ ਕੋਲੋਂ ਬਾਅਦ ਵੀ ਕਮਾਨ ਕਾਸ਼ਤ ਥੀਂਦੇ ਔਰ ਇੱਕ ਕੱਟੀ ਚੜ੍ਹਨ ਦਾ ਜਿਹੜਾ ਸਹੀ ਮੌਸਮ ਹੁੰਦਾ ਨਾ, ਅਗਰ ਅਸਾਂ ਕਮਾਨ ਕੋ ਰੱਖਣਾ ਹੋਵੇ, ਮੁੰਡੀ ਰੱਖਣੀ ਹੋਵੇ, ਤਾਂ ਬੰਦਾ ਦੂਜੇ ਮਹੀਨੇ ਦੀ ਐਂਡ 'ਚ ਕੋ ਕਟਵਾਵੇ, ਫਰਵਰੀ ਦੀ ਆਖਰ 'ਚ, ਅਤੇ ਵੱਲ ਵਜ਼ਨ ਵੀ ਮਾਸ਼ਾਅੱਲਾ ਚੰਗਾ ਲੈਂਦੇ। ਕਮਾਨ ਵਾਸਤੇ ਇੱਕ ਤਾਂ ਬਹੁਤ ਸਾਰੀ ਮਿਹਨਤ ਕਰਨੀ ਪੈਂਦੀ ਹੈ, ਖਾਦ ਪਾਣੀ ਬੀਜ ਨਾਲ ਮਿਹਨਤ ਕਰਨੀ ਪੈਂਦੀ ਹੈ। ਸਾਡੇ ਸੇਮ ਵਾਲੇ ਇਲਾਕੇ ਹਨ, ਇੱਥਾਂ ਪਾਣੀ ਦੀ ਜ਼ਰੂਰਤ ਤਾਂ ਥੀਂਦੀ ਹੈ, ਲੇਕਿਨ ਇਤਨੀ ਨਹੀਂ ਥੀਂਦੀ। ਕਮਾਨ ਕੋ ਬੰਦਾ ਡੀ ਏ ਪੀ ਖਾਦੇ, ਚਾਰ ਬੋਰੀਆਂ ਕਿੱਲੇ ਕੋ ਖਾਦ ਦਾ ਲੇਵੇ, ਜਿਹਦੇ ਵਿੱਚ ਇੱਕ ਬੋਰੀ ਡੀ ਏ ਪੀ ਪਾਵੇ, ਇੱਕ ਨੈਟਰੋ ਪਾਵੇ, ਦੋ ਯੂਰੀਆ ਦਾ ਬੋਰੀਆਂ ਪਾਵੇ, ਅਤੇ ਵੱਲ ਕਮਾਨ ਦਾ ਇਨਸ਼ਾਅੱਲਾ ਹਜ਼ਾਰ ਮਣ ਕਿੱਲੇ ਵਿੱਚੋਂ ਵਜ਼ਨ ਦਿੰਦੇ, ਹਜ਼ਾਰ ਮਣ। ਅੱਜ ਕੱਲ੍ਹ ਦਾ ਜਿਵੇਂ ਰੇਟ ਹੈ 400 ਰੁਪਏ ਹਕੂਮਤ ਦੀ ਤਰਫੋਂ, ਅਤੇ 4 ਲੱਖ ਰੁਪਇਆ ਵੜਦੇ ਕਿੱਲੇ ਦਾ, ਜਿਹਦੇ ਵਿੱਚੋਂ 1 ਲੱਖ ਰੁਪਇਆ ਖਰਚਾ ਵੀ ਆਵੇਂਦੇ, 3 ਲੱਖ ਬੱਚਾ। ਅਤੇ ਜਿਹੜੇ ਦੋਸਤ ਕਮਾਨ ਕਾਸ਼ਤ ਨਿਕਲ ਰਹਿੰਦੇ, ਉਹਨਾਂ ਕੋਲ ਅਸਾਂ ਮਸ਼ਵਰਾ ਡੇ ਸੂੰ ਕਿ ਕਮਾਨ ਕਾਸ਼ਤ ਕਰਨ, ਉਹਨਾਂ ਕੋਲ ਇਨਸ਼ਾਅੱਲਾ ਬਹੁਤ ਫਾਇਦਾ ਥੀ ਸੀ ਫਸਲ ਵਿੱਚੋਂ। ਬਾਕੀ ਜਿਹੜਾ ਲੇਬਰ ਦਾ ਰੇਟ ਹੁੰਦਾ, ਲੇਬਰ ਵੀ 30-35 ਰੁਪਏ ਗਿੰਦੀ ਹੈ, ਟਰੈਕਟਰ ਟਰਾਲੀ ਵਾਲੇ ਵੀ 25-30 ਰੁਪਏ ਗਿੰਦਣ। ਜਿਹੜੇ ਦੋਸਤਾਂ ਦਾ ਆਪਣੇ ਟਰੈਕਟਰ ਟਰਾਲੇ ਹਨ, ਉਹਨਾਂ ਕੋਲ ਟੈਨਸ਼ਨ ਕੋਈ, ਡੀਜ਼ਲ ਨਾਲ ਕੰਮ ਚੱਲ ਪੈਂਦਾ। ਬਾਕੀ ਇਨਸ਼ਾਅੱਲਾ ਤੁਹਾਨੂੰ ਕਮਾਨ ਦੋ ਕਿੱਟਾ ਪਏ, ਉਹ ਵੀ ਦਿਖਾਉਣੇ ਹੈ। ਸਵੇਰ ਸਵੇਰ ਕਮਾਨ ਦੀ ਸ਼ਕਲ ਵੀ ਤੁਹਾਨੂੰ ਇਨਸ਼ਾਅੱਲਾ ਚੈੱਕ ਕਰਵਾਉਣਾ ਹੈ, ਕਮਾਨ ਜਿਹੜਾ ਕਿੱਟਾ ਪਏ ਤਿਆਰ ਥਿਆ ਪਿਆ, ਟਰਾਲੀ 'ਤੇ ਲੋਡ ਥਿਵਾਉਣ ਵਾਲਾ, ਤੁਹਾਨੂੰ ਉਹਦਾ ਮੰਜ਼ਰ ਵੀ ਦਿਖਾਉਣਾ ਹੈ। ਜਿੱਦਾਂ ਪਾਇਆ ਤੁਹਾਨੂੰ ਦਿਖਾਉਣਾ ਹੈ, ਜਦੋਂ ਕਮਾਨ ਕਿੱਟਾ ਪਏ, ਲੇਬਰ ਕੋ ਕੱਟ ਕੇ ਰੱਖ ਗਈ ਹੈ, ਅੱਜ ਇਨਸ਼ਾਅੱਲਾ ਟਰਾਲੀ ਵੀ ਲੋਡ ਕਰੇ ਸੀ ਲੇਬਰ, ਅਤੇ ਲੇਬਰ ਵਾਲੇ ਬਹੁਤ ਮਿਹਨਤ ਕੀਤੇ ਪਨ, ਅੱਜ ਇਨਸ਼ਾਅੱਲਾ ਮਿਲ ਵੀ ਚੱਲ ਪਏ ਸੀ, ਅਤੇ ਬਾਕੀ ਟਰੈਕਟਰ ਟਰਾਲੀ ਆਉਂਦਾ, ਟਰਾਲੀ ਲੋਡ ਕਰਨਾ ਹੈ, ਤੁਹਾਨੂੰ ਮੰਜ਼ਰ ਵੀ ਦਿਖਾਉਣਾ ਹੈ ਕਮਾਨ ਦਾ ਜਿਹੜਾ ਸਾਰਾ ਕਿੱਟਾ ਪਏ। ਇਹ ਨਾਜ਼ਰੀਨ ਕਮਾਨ ਕੱਟਿਆ ਪਏ, ਲੇਬਰ ਵਾਲੇ ਕੋ ਤਿਆਰ ਕਰਕੇ ਰੱਖ ਗਏ, ਬਸ ਇਹ ਸਿਰਫ ਹੁਣ ਲੋਡ ਥੀ ਉਹਨੇ ਟਰੈਕਟਰ ਟਰਾਲੀ 'ਤੇ ਵੱਲ ਮਿਲ 'ਤੇ ਪਹੁੰਚ ਹੋਏ ਸੀ। ਲੇਬਰ ਵਾਲੇ ਬਹੁਤ ਸਫਾਈ ਕਰਕੇ ਰੱਖ ਗਏ, ਤੁਹਾਨੂੰ ਵਰਾਇਟੀ ਦੱਸਣੇ ਹੈ ਕਿਹੜੀ ਵਰਾਇਟੀ ਰਹੋ। ਵਰਾਇਟੀ ਇੱਕ ਤਾਂ ਅੱਜ ਕੱਲ੍ਹ ਮਿਲ ਵਰਾਇਟੀਆਂ ਬਹੁਤ ਘੱਟ ਗਿੰਦੀ ਹੈ, ਗਵਰਨਮੈਂਟ ਦੀ ਤਰਫੋਂ ਪਾਬੰਦੀ ਹੈ ਕੁਝ ਵਰਾਇਟੀਆਂ ਦੇ ਉੱਤੇ, ਅਤੇ ਸਾਡੇ ਤੋਂ ਦੋਸਤਾਂ ਕੋਈ ਉਹ ਮਸ਼ਵਰਾ ਕਿ 40 ਕਾਸ਼ਤ ਕਰਨ, 40 ਜਿਹੜੀ ਵਰਾਇਟੀ ਹੈ, ਵਜ਼ਨ ਹੀ ਬਹੁਤ ਚੰਗਾ ਦਿੰਦੀ ਹੈ, ਅਤੇ ਖਾਣ ਵਾਸਤੇ ਵੀ ਗੰਨਾ ਬਿਹਤਰੀਨ ਹੁੰਦਾ, ਮਿੱਠਾ ਗੰਨਾ ਹੁੰਦਾ, ਥੋੜ੍ਹਾ ਸਖਤ ਜ਼ਰੂਰ ਹੁੰਦਾ ਲੇਕਿਨ ਮਜ਼ੇਦਾਰ ਹੁੰਦਾ, ਜਿਹੜੇ ਦੋਸਤ ਇਸਤੇਮਾਲ ਕਰਨ ਉਹਨਾਂ ਕੋਈ ਸ਼ਾਇਦ ਬਿਹਤਰੀਨ ਪਤਾ ਹੈ। ਬਾਕੀ ਅੱਗੇ ਜੁਲਦਾ ਪਾਇਆ ਤੁਹਾਨੂੰ ਸ਼ਕਲ ਵੀ ਦਿਖਾਉਣੇ ਹੈ, ਸੁਬਹਾ ਸੁਬਹਾ ਤੁਹਾਨੂੰ ਇਹ ਵੀ ਦਿਖਾਉਣੇ ਹੈ, ਇੱਥੇ ਮਾਖੀ ਬੈਠੀ ਹੈ, ਇੱਕ ਸਾਡੇ ਕੋਲੋਂ ਮਾਖੀ ਬੈਠੀ ਹੈ ਦਰਖਤ, ਤੁਹਾਨੂੰ ਉਹਦੀ ਸ਼ਕਲ ਵੀ ਦਿਖਾਉਣੀ ਹੈ ਮਾਖੀ ਦੀ, ਇੱਕ ਉਸਾ ਉਡਾਉਣਾ ਵੀ ਹੈ। ਅਤੇ ਫਿਲਹਾਲ ਡਰ ਲੱਗਦਾ ਕਿ ਲੇਬਰ ਵਾਲੇ ਕਈ ਬੰਦੇ ਕੋਲ ਲੜਨਾ ਮੰਜਾ, ਕਿਉਂਕਿ ਬਹੁਤ ਨੁਕਸਾਨ ਦਿੰਦੀ ਹੈ, ਵੱਲ ਦਵਾਈਆਂ ਦੇ ਪੈਸੇ ਲੱਗ ਪੈਣ ਜ਼ਿਆਦਾ। ਤੁਹਾਨੂੰ ਮਾਖੀ ਦੀ ਸ਼ਕਲ ਵੀ ਦਿਖਾਉਣੀ ਹੈ, ਲੇਬਰ ਵਾਲੇ ਨੂੰ ਥੋੜ੍ਹਾ ਜਿਹਾ ਕਮਾਨ ਵੀ ਬਚਾ ਕੇ ਖੜਾ ਗਏ, ਕਮਾਨ ਕੋ ਵੀ ਕੌਣ ਇਹਨਾਂ ਮਾਰਿਆ ਕਿ ਮਾਖੀ ਬੈਠੀ। ਇਹ ਨਾਜ਼ਰੀਨ ਇਹ ਤੁਹਾਨੂੰ ਮਾਖੀ ਦੀ ਸ਼ਕਲ ਲਿਖਾਉਂਦਾ ਪਿਆ, ਥੋੜ੍ਹਾ ਜ਼ੂਮ ਕਰਨਾ ਹੈ, ਤੁਹਾਨੂੰ ਮਾਖੀ ਨਜ਼ਦੀਕ ਕਰਕੇ ਲਿਖਣਾ ਹੈ।
ਇਹ ਸੀ ਮੱਖੀ ਬੈਠੀ ਆ, ਸੁਬਹਾ ਸੁਬਹਾ ਦਾ ਟਾਈਮ ਹੈ ਫਿਲਹਾਲ, ਉੱਡੀ ਕੌਣ ਹੈ ਜਿਸ ਟਾਈਮ ਉੱਡਦੀ ਹੈ, ਪਲ ਤੰਗ ਵੀ ਕਰ ਰਹਿੰਦੀ ਹੈ ਲੈਬਰਾਂ ਨੇ, ਕੋਈ ਤਾਂ ਕਮਾਨ ਛਿਲਣ ਵਿੱਚ ਮੁਸ਼ਕਿਲ ਥੀਂਦੀ ਹੈ। ਨਾਜ਼ਰੀਨ ਅੱਜ ਦੇ ਸਾਨੂੰ ਇਜਾਜ਼ਤ, ਇਨਸ਼ਾਅੱਲਾ ਮਿਲਦੇ ਹਾਂ ਵੱਲ ਨੈਕਸਟ ਵੀਡੀਓ 'ਚ, ਅਤੇ ਇਨਸ਼ਾਅੱਲਾ ਤੁਹਾਨੂੰ ਚੰਗੀਆਂ ਚੰਗੀਆਂ ਵੀਡੀਓ ਦਿਖਿਓ ਸੋ ਮਜ਼ੇਦਾਰ, ਇਨਸ਼ਾਅੱਲਾ ਨੈਕਸਟ ਜਿਹੜਾ ਵੀ ਲਾ ਕੇ ਨਾ ਮੈਂ ਬਹੁਤ ਬਿਹਤਰੀਨ ਮੌਜੂਦ ਉੱਤੇ ਬਣਾਵਾਂ ਨਾ। ਸਾਰੇ ਦੋਸਤਾਂ ਨੂੰ ਬੁਲਾ ਵੀ ਗੁਜ਼ਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ, ਸਭ ਕੁਝ ਸਪੋਰਟ ਕਰਨ, ਇਨਸ਼ਾਅੱਲਾ ਤੁਹਾਨੂੰ ਚੰਗੀਆਂ ਚੰਗੀਆਂ ਵੀਡੀਓ ਦੇਖਣ ਨੂੰ ਮਿਲ ਸਨ। ਇਜਾਜ਼ਤ ਰਹੋ, ਅੱਲਾ ਹਾਫਿਜ਼।